ਅੱਜ ਸਾਡੇ ਜਦੋਂ ਬਲਾਰੇ ਇਹ ਗੱਲ ਕਹਿੰਦੇ ਐ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਖਾਤਰ ਆਪਣਾ ਬਲਿਦਾਨ ਦਿੱਤਾ ਦੇਖੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਜਦੋਂ ਸਾਡੇ ਬਲਾਰੇ ਇਹ ਗੱਲ ਕਹਿੰਦੇ ਨੇ ਹਿੰਦੂ ਧਰਮ ਦੀ ਖਾਤਰ ਦਿੱਤਾ ਮੈਂ ਕਹਿੰਦਾ ਹਿੰਦੂ ਧਰਮ ਦੀ ਖਾਤਰ ਕਹਿਣ ਦੀ ਬਜਾਏ ਤੁਸੀਂ ਮਾਨਵ ਅਧਿਕਾਰਾਂ ਦੀ ਗੱਲ ਕਰੋ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਦਾਇਰਾ ਵੱਡਾ ਕਰੋ ਤੁਸੀਂ ਇੱਕ ਧਰਮ ਨਾਲ ਜੋੜ ਕੇ ਸ਼ਹਾਦਤ ਨੂੰ ਛੋਟਾ ਕਿਉਂ ਕਰਦੇ ਪਏ ਹੋ ਬੋਲੋ ਭਈ ਜਵਾਬ ਦਿਹਾਜੇ ਮੈਨੂੰ ਜੇ ਉਸ ਵਕਤ ਚਲੋ ਮੈਂ ਇੱਕ ਵਿਚਾਰ ਦਿੰਨਾ ਮੈਂ ਮੁਗਲ ਹਕੂਮਤ ਸੀ ਉਹਨੇ ਹਿੰਦੂਆਂ ਤੇ ਅਤਿਆਚਾਰ ਕੀਤਾ ਜੇ ਕੋਈ ਉਸ ਵਕਤ ਦਾ ਸ਼ਿੰਦੂ ਬਾਦਸ਼ਾ ਮੁਸਲਮਾਨਾਂ ਨਾਲ ਧੱਕਾ ਕਰਦਾ ਹੁੰਦਾ ਤੇ ਫਿਰ ਵੀ ਮਨੁੱਖ ਅਧਿਕਾਰਾਂ ਦੇ ਰਾਖੇ ਨੇ ਆਪਣਾ ਬਲਦਾਨ ਦੇਣ ਦੇ ਲਈ ਆਪਣੀ ਕੁਰਬਾਨੀ ਦੇਣ ਲਈ ਦਿੱਲੀ ਅੱਪੜ ਜਾਣਾ ਸੀ ਬੋਲੋ ਸੱਚ ਹੈ ਸਹਿਮਤ ਹੋ ਨਾ ਗੱਲਾਂ ਦੇ ਨਾਲ ਸੋ ਮੇਰੇ ਕਹਿਣ ਤੋਂ ਇੱਕ ਭਾਵ ਹੈ ਇਹ ਗੱਲ ਨੂੰ ਸਮਝਿਆ ਜੇ ਜੋ ਤੁਖੀਰ ਪਰ ਆਰਾਮ ਆਉਂਦਾ ਤੇ ਉਹਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜਿੰਨਾਂ ਕੋਲ ਮੈਂ ਜਾ ਰਿਆ ਮਾਂ ਹੈਲਪ ਲੈਂਡ ਦੇ ਲਈ ਕਿ ਮੇਰਾ ਧਰਮ ਖਤਰੇ ਦੇ ਵਿੱਚ ਹੈ ਉਸ ਸਮੇਂ ਦਾ ਬਾਦਸ਼ਾ ਸਾਡੇ ਧਰਮ ਨੂੰ ਖਤਰੀ ਵਿੱਚ ਪਾ ਰਿਹਾ ਹੈ ਧਰਮ ਪਰਿਵਰਤਨ ਕਰਦਾ ਪਿਆ ਹੈ ਤੇ ਜਿੰਨਾਂ ਦੇ ਕੋਲ ਮੈਂ ਜਾ ਰਿਆ ਮਾਂ ਨਾ ਉਹਨਾਂ ਤੇ ਮੇਰੀਆਂ ਵਿਚਾਰਾਂ ਦੇ ਵਿੱਚ ਚੜ ਦੇ ਲੈਂਦੇ ਦਾ ਫਰਕ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਤੇਰੇ ਮੇਰੇ ਵਿਚਾਰ ਭਾਵੇਂ ਮੇਲ ਨਹੀਂ ਖਾਂਦੇ ਜੇ ਮੈਂ ਮਾਨਵ ਅਧਿਕਾਰਾਂ ਦੀ ਗੱਲ ਕਰਦਾ ਮਾਂ ਇੱਕ ਚੀਤੇ ਰੱਖੀ ਤੂੰ ਉਹਨਾਂ ਚੀਜ਼ਾਂ ਨੂੰ ਮੰਨਦਾ ਹੈ ਜਾਂ ਨਹੀਂ ਮੰਨਦਾ ਧਿਆਨ ਦੇ ਆਜੇ ਬੜੀ ਵੱਡੀ ਗੱਲ ਹੈ ਜਿੰਨਾਂ ਚੀਜ਼ਾਂ ਦਾ ਮੈਂ ਖੰਡਨ ਕਰਦਾ ਮਾਂ ਉਹ ਤੇਰੇ ਜੀਵਨ ਦਾ ਹਿੱਸਾ ਬਣ ਚੁੱਕੀਆਂ ਨੇ ਪਰ ਗੱਲ ਜੇ ਤੇਰੇ ਅਧਿਕਾਰਾਂ ਦੀ ਆਵੇਗੀ ਤੇਰੀ ਧਾਰਮਿਕ ਆਜ਼ਾਦੀ ਦੀ ਆਵੇਗੀ ਤੇ ਪਾਤਸ਼ਾਹ ਕਹਿੰਨ ਲੱਗੇ ਮੈਂ ਤੇਰੀ ਆਵਾਜ਼ ਬਣ ਕੇ ਅੱਗੇ ਚੱਲਾਂਗਾ ਤੁਸੀਂ ਦੱਸੋ ਵੀ ਕਿੰਨੀ ਵੱਡੀ ਗੱਲ ਹੈ ਬੋਲੋ ਵੀ ਕਿੰਨੀ ਵੱਡੀ ਗੱਲ ਹੈ ਇਸ ਗੱਲ ਨੂੰ ਸਮਝ ਜਾ ਜੇ ਔਰ ਉਹ ਵੀ ਹੱਥ ਜੋੜ ਕੇ ਕਹਿੰਦੇ ਵੀ ਸੱਚੇ ਪਾਤਸ਼ਾਹ ਤੁਹਾਡਾ ਰੂਹਾਨੀ ਪ੍ਰਕਾਸ਼ ਬਹੁਤ ਵੱਡਾ ਹੈ ਔਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸਮੇਂ ਤੇ ਹਾਕਮ ਨਾਲ ਮੇਲਜੋਲ ਕਰੋ ਤੇ ਉਹਨੂੰ ਸਮਝਾਓ ਵੀ ਇਹ ਵੀ ਇਨਸਾਨ ਨੇ ਸਾਡੀ ਆਵਾਜ਼ ਬਣੋ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਤੁਹਾਡੀ ਆਵਾਜ਼ ਬਣਦਾ ਮਾਂ ਤੇ ਫਿਰ ਆਪਾਂ ਅੱਜ ਕੀ ਕਹਿੰਨੇ ਆ ਖਿੰਦ ਦੀ ਚਾਦਰ ਅਸੀਂ ਦਹਿਰਾ ਛੋਟਾ ਕਰ ਦਿੱਤਾ ਮੈਂ ਤੇ ਕਈ ਵਾਰੀ ਇੱਥੋਂ ਤੱਕ ਵੀ ਕਹਿਣਾ ਪੁਣਾ ਵੀ ਤੁਸੀਂ ਕਹਿੰਦੇ ਹੋ ਗੁਰਦੁਆਰਾ ਸੀਸ ਗੰਝ ਮੈਂ ਕਹਿੰਨਾ ਮਨੁੱਖੀ ਅਧਿਕਾਰਾਂ ਦਾ ਇਦੋਂ ਵੱਡਾ ਤੀਰਥ ਹੀ ਨਹੀਂ ਕੋਈ ਹੋ ਸਕਦਾ ਆਕੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਇਦੋਂ ਵੱਡਾ ਕੋਈ ਤੀਰਥ ਨਹੀਂ ਲੱਗਦਾ ਮਨੁੱਖੀ ਅਧਿਕਾਰਾਂ ਦਾ ਮੇਰੀ ਅੰਤਰਾਤਮਾ ਕਹਿੰਦੀ ਏ ਜਦੋਂ ਕਿਤੇ ਮੈਂ ਦਿੱਲੀ 에ਰਪੋਰਟ ਤੇ ਉਤਰਦਾ ਮਾਂ ਲੇਟ ਕੋ ਜਾਮਾਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜਾਣਾ ਮਾਂ ਨਤਮਸਤਕ ਹੋਣਾ ਮਾਂ ਤੇ ਮੈਂ ਅੰਤਰਾਤਮੇ ਦੇ ਵਿੱਚੋਂ ਇੱਕ ਆਵਾਜ਼ ਦੇਣਾ ਖੁੰਮਾਂ ਮੈਂ ਕਿਹਾ ਲੋਕੋ ਆਪਣੇ ਅੰਦਰ ਦੀ ਆਵਾਜ਼ ਹੈ ਦੁਨੀਆ ਦੇ ਲੋਕੋ ਆਹ ਜਿਹੜਾ ਅਸਥਾਨ ਜਿੱਥੇ ਅੱਜ ਨਤਮਸਤਕ ਹੋਇਆ ਨਾ ਇਹ ਮਾਨਵ ਅਧਿਕਾਰਾਂ ਦਾ ਮਨੁੱਖੀ ਅਧਿਕਾਰਾਂ ਦਾ तीर्थ ਹੈ ਜਿੱਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਮਨੁੱਖ ਅਧਿਕਾਰਾਂ ਦੀ ਗੱਲ ਕਰਦਾ ਮੈਂ ਤੇਰਾ ਧਰਮ ਕੀ ਹੈ ਮੇਰਾ ਕੋ ਲੈਣਾ ਦੇਣਾ ਨਹੀਂ ਉਸ ਗੱਲ ਦੇ ਨਾਲ ਤੂੰ ਮੇਰੀਆਂ માનਿਆਤਾਵਾਂ ਤੇ ਚੱਲਦਾ ਹੈ ਕਿ ਨਹੀਂ ਚੱਲਦਾ ਇਹ ਵੀ ਗੱਲਾਂ ਪਾਸੇ ਰੱਖ ਦੇ ਪਰ ਤੇਰੀ ਧਾਰਮਿਕ ਆਜ਼ਾਦੀ ਤੇ ਲਈ ਮੈਂ ਆਪਣੀ ਕੁਰਬਾਨੀ ਦੇ ਦਿਆਂਗਾ ਗੱਜ ਕਿ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਆ ਜਿਹੜੀ ਵਿਚਾਰ ਹੈ ਨਾ ਇਹ ਬੜੀ ਵੱਡੀ ਹੈ ਇਹਨੂੰ ਸਮਝਣਾ ਪੈਣਾ ਇੰਜ ਕਹ ਲਈਏ ਵੀ ਬੁਲੰਦੀਆਂ ਨੂੰ ਛੁੰਦੀਆਂ ਮਨੁੱਖ ਅਧਿਕਾਰਾਂ ਦੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਦਿਵਸ ਮਨਾਉਣਾ ਹੈ ਹਿਊਮਨ ਰਾਈਟਸ ਦੀ ਇਸ ਤੋਂ ਵੱਡੀ ਐਗਜ਼ਾਮਪਲ ਕਿਹੜੀ ਮਿਲ ਸਕਦੀ ਹੈ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਇੱਕ ਚੀਜ਼ ਨੂੰ ਸਮਝਿਆ ਜੇ ਆਪਾਂ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਾਲੇ ਪਾਸੇ ਆਉਨੇ ਆ